ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਸਵਾਗਤ ਹੈ ਤੁਹਾਡਾ ਬੱਬੀ ਦੀ ਕਿਚਨ ਦੇ ਵਿੱਚ। ਅੱਜ ਆਪਾਂ ਬਣਾਵਾਂਗੇ ਰਾਜਮਾਂ ਦੀ ਸਬਜ਼ੀ। ਜਿਹੜੇ ਰਾਜਮਾਂ ਇਹ ਮੈਂ ਛੋਟੇ ਵਾਲੇ ਰਾਜਮਾਂ ਲਏ ਆ, ਜਿਹੜੇ ਨਿੱਕੇ ਬੀਨਸ ਹੁੰਦੇ ਆ, ਹੈ ਨਾ, ਰੈੱਡ ਵਾਲੇ। ਇਹ ਮੈਂ ਇੱਕ ਕੋਲੀ ਲਈ ਆ, ਮੈਂ ਓਵਰਨਾਈਟ ਭੇਜ ਦਿੱਤੇ ਸੀ ਰਾਤ ਨੂੰ, ਅਤੇ ਇਹ ਹੁਣ ਸਵੇਰੇ ਹੁਣ ਮੈਂ ਇਹਨੂੰ 4-5 ਸੀਟੀਆਂ ਲਵਾ ਕੇ ਉਬਾਲਾ ਦੇ ਕੇ ਅਤੇ ਰੱਖ ਲਿਆ। ਲੁੱਕ, ਰਾਜਮਾਂ ਆਪਣੇ ਐਨ ਹੋਏ ਹੋਏ ਆ, ਐਨ ਗਲੇ ਆ, ਇੱਦਾਂ ਤੁਸੀਂ ਕਰ ਲੈਣੇ ਆ। ਲੁੱਕ, ਐਨ ਫਿਸਦੇ ਆ। ਇਹ ਲਈ ਆਪਾਂ ਸਮਾਨ ਲਿਆ, ਮੈਂ 2 ਵੱਡੇ ਪਿਆਜ਼ ਲਏ ਸੀ, ਉਹ ਗਰੇਟ ਕਰ ਲਏ, ਪੇਸਟ ਬਣਾ ਲਿਆ ਉਹਨਾਂ ਦਾ, ਨਾਲ ਜਿੰਜਰ ਅਤੇ ਗਾਰਲਿਕ, ਹੈ ਨਾ। 2 ਵੱਡੇ ਟਮਾਟਰ ਲਏ ਆ, 2 ਵੱਡੀਆਂ ਬਲੈਕ ਵਾਲੀਆਂ ਇਲਾਇਚੀਆਂ ਲਈਆਂ, ਥੋੜ੍ਹੀ ਜਿਹੀ ਗ੍ਰੀਨ ਚਿੱਲੀ ਲਈ ਆ, ਲੂਣ ਮਿਰਚ ਮਸਾਲਾ ਜਿੱਦਾਂ ਆਪਣੇ ਹਿਸਾਬ ਨਾਲ ਆਪਾਂ ਪਾ ਲੈਣਾ। ਤੁਸੀਂ ਜੇ ਰੈੱਡ ਚਿੱਲੀ ਵਰਤਦੇ ਤਾਂ ਰੈੱਡ ਵੀ ਪਾ ਸਕਦੇ ਆ, ਪਰ ਮੈਂ ਅਸੀਂ ਰੈੱਡ ਵਰਤਦੇ ਨਹੀਂ, ਹੈ ਨਾ। ਜੇ ਤੁਸੀਂ ਰੰਗ ਕਰਨ ਲਈ ਪਾਉਣਾ ਵੀ ਸਬਜ਼ੀ 'ਚ ਰੰਗ ਨਹੀਂ ਲਾਲ ਹੋਇਆ, ਤਾਂ ਤੁਸੀਂ ਟਮਾਟੋ ਫਿਰ ਵੀ ਵਿੱਚ ਪਾ ਸਕਦੇ, ਇਹਦੇ ਨਾਲ ਕਲਰ ਆ ਜਾਂਦਾ ਸਬਜ਼ੀ ਦਾ, ਹੈ ਨਾ। ਹੁਣ ਆਪਾਂ ਸਮਾਨ ਆਪਣਾ ਰੈਡੀ ਆ, ਰਾਜਮਾਂਹ ਆਪਣੇ ਉਬਲੇ ਹੋਏ ਆ, ਅਤੇ ਆਪਾਂ ਇਹਨੂੰ ਹੁਣ ਤੜਕਾ ਲਾਈਏ। ਇਹਨੂੰ ਗੈਸ ਔਨ ਕਰ ਦਈਏ, ਅਤੇ ਤੁਸੀਂ ਤੇਲ ਘੇ ਜਿਹੜਾ ਵੀ ਯੂਜ਼ ਕਰਦੇ ਹੋ ਉਹਦਾ ਤੁਸੀਂ ਲਾ ਸਕਦੇ, ਪਰ ਮੈਂ ਦੇਸੀ ਘੇ ਦਾ ਲੱਗੀ ਤੜਕਾ ਲਾਉਣਾ ਹੈ ਨਾ। ਕੜਛੀ 'ਚ ਦੇਸੀ ਘੇ ਪਾਤੀ ਆਪਾਂ, ਤੁਸੀਂ ਤੇਲ ਦਾ ਬਟਰ ਦਾ ਜਿਹਦਾ ਲਾਉਣਾ ਤੁਸੀਂ ਉਹਦਾ ਲਾ ਸਕਦੇ ਹੋ। ਆਪਾਂ ਪਾ ਦਈਏ ਇਹਦੇ 'ਚ ਜਿਹੜੀਆਂ 2 ਵੱਡੀਆਂ ਇਲਾਇਚੀਆਂ ਲਈਆਂ ਸੀ, ਪਾ ਦਈਏ ਜੀਰਾ, ਥੋੜ੍ਹਾ ਜਿਹਾ ਜੀਰਾ ਹੋ ਜਾਊਗਾ, ਥੋੜ੍ਹਾ ਜਿਹਾ 1 ਵੱਡਾ ਚਮਚਾ ਜੀਰੇ ਦਾ ਲਿਆ ਮੈਂ, ਮਾੜਾ ਜਿਹਾ ਜੀਰਾ ਤਾਂ ਹੋ ਜਾਵੇ। ਫਿਰ ਆਪਾਂ ਇਹ 'ਚ ਪਿਆਜ਼ ਦਾ ਜਿਹੜਾ ਪੇਸਟ ਬਣਿਆ ਪਿਆ ਉਹ ਪਾਉਣੇ। ਜੀਰਾ ਆਪਣਾ ਹੋ ਗਿਆ ਥੋੜ੍ਹਾ ਜਿਹਾ, ਆਪਾਂ ਹੁਣ ਇਹਦੇ 'ਚ ਪੇਸਟ ਪਾ ਦਈਏ ਜਿੰਜਰ ਦਾ, ਗਾਰਲਿਕ ਪੇਸਟ, ਪਿਆਜ਼ ਇਕੱਠਾ ਹੀ ਆਪਾਂ ਕਰ ਲਿਆ ਸੀ। ਪਿਆਜ਼ ਆਪਣਾ ਗੋਲਡਨ ਬਰਾਊਨ ਹੋ ਚੱਲਿਆ, ਥੋੜ੍ਹਾ ਜਿਹਾ ਆਪਾਂ ਹੋਰ ਕਰ ਲਈਏ ਇਹਨੂੰ। ਫਿਰ ਆਪਾਂ ਇਹਦੇ 'ਚ ਪਾਉਂਦੇ ਹਾਂ ਲੂਣ ਮਿਰਚ, ਨਾਲੇ ਪਾਉਂਦੇ ਹਾਂ ਟਮਾਟਰ। ਟਮਾਟਰ ਮੈਂ ਕੱਟ ਕੇ ਰੱਖ ਲਿਆ। ਮੈਂ ਇਹਦੇ ਲਈ ਪਟੈਟੋ ਕੱਟੇ, ਥੋੜ੍ਹੇ ਜਿਹੇ ਆਲੂ ਲਏ ਮੈਂ, 2 ਇਹ ਆਪਸ਼ਨ ਲਏ, ਤੁਸੀਂ ਪਾਉਣੇ ਪਾ ਸਕਦੇ, ਨਹੀਂ ਪਾਉਣੇ ਨਹੀਂ ਪਾ ਸਕਦੇ, ਪਰ ਮੈਂ 2 ਛੋਟੇ ਪਟੈਟੋ ਲਏ ਆ, ਹੈ ਨਾ, ਆਲੂ ਲਏ ਆ। ਉਹ ਤੁਸੀਂ ਤੁਹਾਡੀ ਮਰਜ਼ੀ ਹੈ, ਤੁਸੀਂ ਨਹੀਂ ਪਾਉਣੇ ਚਾਹੁੰਦੇ ਤਾਂ ਰਹਿਣ ਦਿਓ। ਹੁਣ ਆਪਾਂ ਇਹ 'ਚ ਪਾ ਦਈਏ ਲੂਣ, ਲੂਣ ਆਪਾਂ ਰਾਜਮਾਂਹ 'ਚ ਵੀ ਪਾਇਆ ਸੀ, ਆਪਾਂ ਦੇਖ ਕੇ ਇਹਦੇ 'ਚ 1.5 ਚਮਚਾ ਪਾ, ਨਾਲੇ ਪਾ ਦਈਏ ਆਪਾਂ ਧਨੀਆ ਪਾਊਡਰ, ਨਾਲੇ ਪਾ ਦਈਏ ਹਲਦੀ 1 ਚਮਚਾ, ਨਾਲੇ ਗ੍ਰੀਨ ਚਿੱਲੀ ਪਾ ਦਈਏ ਜਿਹੜੀ ਆਪਾਂ ਕੱਟ ਪੇਸਟ ਕਰਕੇ ਰੱਖਿਆ, ਨਾਲ ਹੀ ਆਪਾਂ ਟਮਾਟਰ ਪਾ ਦਈਏ, ਮੈਂ ਟਮਾਟਰ ਇਹ 'ਚ ਕੱਟ ਕੇ ਰੱਖ ਲਿਆ। ਇਹਨੂੰ ਸਾਰੇ ਨੂੰ ਹਿਲਾ ਦਈਏ ਆਪਾਂ ਚੰਗੀ ਤਰ੍ਹਾਂ, ਥੋੜ੍ਹਾ ਜਿਹਾ ਆਪਾਂ ਪਾਣੀ ਪਾ ਦਈਏ ਮਸਾਲੇ 'ਚ, ਇਹ ਚੰਗੀ ਤਰ੍ਹਾਂ ਐਨ ਹੁਣ ਜਦੋਂ ਘੇ ਛੱਡ ਜਾਊਗਾ ਫਿਰ ਆਪਾਂ ਇਹਦੇ 'ਚ ਆਲੂ ਪਾਵਾਂਗੇ। ਪਹਿਲਾਂ ਆਲੂਆਂ ਨੂੰ ਮਾੜਾ ਜਿਹਾ ਸੇਕ ਲਵਾ ਕੇ ਫਿਰ ਆਪਾਂ ਰਾਜਮਾਂਹ ਸੁੱਟਾਂਗੇ ਇਹਦੇ 'ਚ, ਠੀਕ ਹੈ ਜੀ। ਜੇ ਤੁਸੀਂ ਇੱਦਾਂ ਪਿਊਰੀ ਪਾਉਣੀ ਚਾਹੁੰਦੇ ਹੋ ਇਹਦੇ 'ਚ ਤਾਂ 1/2 ਚਮਚਾ ਆਪਾਂ 1 ਚਮਚਾ ਛੋਟਾ ਪਾ ਸਕਦੇ ਹਾਂ, ਅਤੇ ਇਹਦੇ ਨਾਲ ਕਲਰ ਸੋਹਣਾ ਆਜੂਗਾ। ਲਾਲ ਮਿਰਚ ਨਹੀਂ ਵਰਤਦੇ ਜਿੱਦਾਂ, ਅਤੇ ਇਹਦੇ ਨਾਲ ਐਨ ਰੈੱਡ ਰੈੱਡ ਕਲਰ ਆਊਗਾ ਤੜਕੇ ਦਾ। ਤੜਕਾ ਆਪਣਾ ਹੋ ਹੀ ਚੱਲਿਆ, ਐਨ ਘੇ ਛੱਡ ਦੇਵੇ, ਫਿਰ ਆਪਾਂ ਵਿੱਚ ਇਹਦੇ ਆਲੂ ਪਾਉਣੇ। ਪਹਿਲਾਂ ਤੜਕੇ ਨੇ ਆਪਣੇ ਨੇ ਐਨ ਘੇ ਛੱਡ ਦਿੱਤਾ, ਲੁੱਕ ਹੁਣ ਆਪਾਂ ਇਹਦੇ 'ਚ ਆਲੂ ਪਾ ਦੇਣਾ। ਪਹਿਲਾਂ 2 ਛੋਟੇ ਆਲੂ ਲਏ, ਤੁਹਾਡੀ ਮਰਜ਼ੀ ਹੈ, ਤੁਸੀਂ ਰਹਿਣ ਵੀ ਸਕਦੇ ਹੋ। ਇਹਨੂੰ ਮਾੜਾ ਜਿਹਾ ਕਰ ਲਈਏ ਆਲੂਆਂ ਨੂੰ, ਫਿਰ ਆਪਾਂ ਰਾਜਮਾਂਹ ਪਾ ਕੇ ਵਿੱਚ 2 ਸੀਟੀਆਂ ਲਵਾ ਦੇਣੀਆਂ ਨੇ। ਆਪਣੇ ਆਲੂ ਹੋ ਗਏ ਵਿੱਚ, 2-3 ਮਿੰਟ ਆਪਾਂ ਇਹਨੂੰ ਇਹਨਾਂ ਨੂੰ ਵਿੱਚ ਭੁੰਨ ਲਿਆ ਤੁੜਕੇ ਦੇ। ਹੁਣ ਆਪਾਂ ਇਹ 'ਚ ਪਾ ਦਈਏ ਰਾਜਮਾਂਹ ਜਿਹੜੇ ਉਬਲੇ ਹੋਏ ਰੱਖੇ ਆਪਾਂ, ਫਿਰ ਦੇਖ ਕੇ ਪਾਣੀ ਪਾਉਣੇ ਇਹਦੇ 'ਚ। ਲਓ ਜੀ, ਇਹਦੇ 'ਚ ਹੁਣ ਥੋੜ੍ਹਾ ਜਿਹਾ ਆਪਾਂ ਪਾਣੀ ਪਾਉਣਾ ਹੈ, ਹੋਰ ਜ਼ਿਆਦਾ ਥਿੱਕ ਆ ਹਜੇ। ਫਿਰ ਆਪਾਂ ਢੱਕਣ ਲਾ ਕੇ ਇਹਦੀ ਸੀਟੀਆਂ ਲਵਾ ਦੇਣੀਆਂ, ਪਾਣੀ ਵਿੱਚ ਆਪਾਂ ਉਬਲਿਆ ਹੋਇਆ ਪਾਉਣਾ। ਇਹਦੇ ਕੇਟਲ ਲਾਈ ਹੋਈ ਸੀਗੀ ਮੈਂ, ਹੁਣ ਪਾਣੀ ਇਹਦਾ ਪਾ ਦਿੱਤਾ ਆਪਾਂ। ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਤਾ ਅਤੇ ਹੁਣ ਲਾ ਦਈਏ ਇਹਦੇ 'ਤੇ ਢੱਕਣ, ਅਤੇ ਇਹਨੂੰ 2 ਮਰਾ ਦਈਏ ਸੀਟੀਆਂ, ਫਿਰ ਖੋਲ੍ਹ ਕੇ ਸਬਜ਼ੀ ਦਿਖਾਉਂਦੇ।
देख लिए दो सीटियां बज गई सीगिया लुक सारी वेरी नाइस बन गई। तो आप हम थानू चौल नाल बना के दिखावे, पहला तो रादा नहीं हूँ मैं चल राजमा बढ़िया बने तो चौल भी नाल बना लें लुक एन नाइस बन गई है। आलू भी एन अपने हो गए, सब्जी भी एन हो गई अपनी, हूँ आप चौल बना के फिर थानू दिखाने रेडी हो गए सी। हूँ आप चौल बनाने उन्होंने आप डेढ़ दो गिलास चौलों के लाए, मैं धो लाया दो तीन पानी है ना, जीरे वाले राइस बनाने आप लून मैं वह नहीं पाना, प्याज नहीं पाया, मैं इस समान लिया मैं लौंग लाया थोड़े जे, काली मिर्च लई आ, छोटिया इलायचों के बीज कट लाया, बड़ी इलायची लई आ, तो थोड़ी जी दालचीनी लई आ, थोड़ा जि जीरा लिया, अजवैन लई, तेजपत्ता लिया, ये हम आप तुड़का लावे। असं ये तेल के कुछ भी यूज़ कर सकते हैं, पर मैं ये तेल यूज़ कर लगी हाँ, एक वड्डा चमचा आप तेल का लिया ये, तो आप गैस ऑन कर दिए, तेल अपना हो गया गर्म, आप सुके मसाले जो सारे वो पा दीए, आप पा दीए काली मिर्च, लौंग, छोटिया इलायचियाँ ये बीज कटे हुए हैं, तो तेजपत्ता पा दीए नाल ही, वड्डी इलायची, दालचीनी, अजवैन, जीरा सारा कुछ पा दी, ये हम आप माड़ा जिहा रोस्ट कर लीए, फिर आप लून पा के फिर आप चौल पाने अपने तड़का मर्जा मसाला अपना रोस्ट हो चलिया, बहुत सोहनी स्मैल आँदी है दालचीनी की इलायचियों की। आप हूँ पाइए चौल, चौल मैं धो के रखे थे निचोड़ के पानी इन्हों धो लाने पहले दो तीन पानी धो के फिर रखे से मैं पानी आप बोइल करना लाया हुआ, पानी आप बोइल करके पा लेने मर्ज चौलों में भुन लीए, तेल लून पा दीए, लून तुम अपने हिसाब में पा सकते, मैं अपने हिसाब में पा लिया डेढ़ चमचा जी, ठीक है जी, चंगी तरह इन्होंने ऐन भुन लेना, फिर आप पानी बोइल करके पानी पा देना, चौल अपने भज गए चंगी तरह, हम आप बोइल पानी पा दीजिए, दो गिलास अपने चौल से चार गिलास पानी उबाल के तो फिर मैं पाया, तो उबले जो उबल उबालिया नहीं है तो उदा भी पा सकते है ना, हूँ इन्हें परिजन दे दिए तो डर दिए ढक्कन, जो उबाला आ गया फिर आप सिम गैस से कर देना, आप ढक दिए उबाला आने लग पाए तो आप सिम से कर दिए गैस जो इधर बरीक बरीक खोल हुए हो फिर आप इन्होंने माड़ा जहा हिला के एन आप इन्होंने सिम से कर देना, गैस तेज नहीं रखना है, हम एक बार सारे आप हिला देने तो फिर इनू आप सिम से कर देना, एन फिर मुड़ के दस मिनट आप इन भाफ दे के स्टीम तौलिया रख के उत्ते बंद कर देना। चौल अपने हो गए रेडी, हूँ आप गैस इन्हों का करता बंद, तो हूँ ये माड़ जे आप स्टीम दे देनी है, तौलिया इधर रख देना उत्ते कोई भी कपड़ा रख दो है ना, तो आप ढक्कन दस मिनट लिए ढक्कन बंद कर देना है, आप फिर इन आप खोल देने दस मिनटा तक एन राइस हो जाने स्टे घट देना थले ढक्कने का इधर सवार के, हूँ इन दस मिनट पै रही है फिर तुम खोल के दिखो गए आप रखे हूँ आप इन्हों खोल के देखिए स्टीम चौल कि हो एन चौल हो गए अपने, हौली हौली हिला दी इन्हों कल कल हो गए एन हार ना, चौल अपने रेडी हो गए, राजमा भी अपने रेडी है, तो ये आप हम मैं तुम प्लेट करके दिखाई लो जी अपनी प्लेट हो गई रेडी, राजमा विद राइस जीरे वाले। थैंक यू वेरी मच वीडियो देखने का, थैंक यू वेरी मच, लाइक शेयर कर दिया करो, ना मेरे चैनल में सबसक्राइब कर दियो, फिर तुम नवी नवी रेसिपियां लेके आऊँगी, ओके जी बाय।